ਸਤਿ ਸ਼੍ਰੀ ਅਕਾਲ ਜੀ। ਹੈਲੋ, ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਸੁਣਾਓ? ਬਸ ਵਧੀਆ ਜੀ, ਆਲ ਵੈਲ। ਕੁਆਰੰਟਾਈਨ ਟਾਈਮ ਕਿੱਦਾਂ ਚੱਲ ਰਿਹਾ? ਲੌਕਡਾਊਨ ਹਾਲਾਂਕਿ ਸ਼ੁਰੂ ਥੋੜਾ ਮੁਸ਼ਕਿਲ ਲੱਗਿਆ ਸੀਗਾ, ਲੇਕਿਨ ਆਦਤ ਪੈ ਗਈ ਜੀ, ਹੁਣ ਜ਼ਰੂਰੀ ਵੀ ਹੈਗਾ ਆਪਣੇ ਕੋਲ ਆਪਸ਼ਨ ਵੀ ਜੀ। ਲਾਈਫ ਇਜ਼ ਪ੍ਰੀਸ਼ੀਅਸ। ਬਿਲਕੁਲ ਬਿਲਕੁਲ। ਹੁਣ ਕੀ ਕੀ ਚੱਲ ਰਿਹਾ? ਫਿਲਮਾਂ ਤਾਂ ਥੋੜੀਆਂ ਜਿਹੀਆਂ ਰੁਕੀਆਂ ਹੋਈਆਂ, ਕਿਵੇਂ ਦਾ ਮਾਹੌਲ ਹੈ? ਲੇਕਿਨ ਹੁਣ ਲੱਗ ਰਿਹਾ ਕੁਛ ਸੁਣਨ ਨੂੰ ਮਿਲਦਾ ਕਿ ਸ਼ੂਟਿੰਗਸ ਸੌਂਗਸ ਵਗੈਰਾ ਦੀ ਸ਼ੁਰੂ ਹੋ ਗਈਆਂ ਨੇ ਤੇ ਵੈਬ ਸੀਰੀਜ਼ ਵਗੈਰਾ ਸ਼ੁਰੂ ਹੋ ਚੁੱਕੀਆਂ ਨੇ ਵਿਦ ਅ ਲਿਮਿਟਿਡ ਕਰੂ, ਤੇ ਲੈਟਸ ਸੀ, ਥਿੰਗਸ ਵਿਲ ਬੀ ਬੈਟਰ ਲਾਈਕ ਇਨ ਦਾ ਕਮਿੰਗ ਟਾਈਮ। ਬਟ ਨਾਲ ਨਾਲ ਕੇਸਿਸ ਵੀ ਵੱਧ ਰਹੇ ਨੇ, ਡਰ ਵੀ ਲੱਗ ਰਿਹਾ ਕਿ ਕੁਛ ਦੁਬਾਰਾ ਤੋਂ ਉਸ ਤਰ੍ਹਾਂ ਦਾ ਹੋ ਜਾਏ ਨਾ ਹੋਏ ਜਰਨੀ ਹੈਗੀ ਹੈ ਜੀ। ਇਹ ਸ਼ੁਰੂ ਹੋਈ ਸੀਗੀ ਅਰਾਊਂਡ 2007 ਦੇ ਅਰਾਊਂਡ 2007-8 ਦੇ ਵਿੱਚ ਮੈਂ ਆਪਣੀ ਫਸਟ ਮੂਵੀ ਕੀਤੀ ਸੀਗੀ ਜੀ, ਆਪਣੀ ਬੋਲੀ ਆਪਣਾ ਦੇਸ਼। ਤੇ ਉਸ ਤੋਂ ਪਹਿਲਾਂ ਸਿਰਫ ਮੈਨੂੰ ਸ਼ੌਕ ਸੀਗਾ ਜੀ ਲਾਈਵ ਸ਼ੋਅ ਦੇਖਣ ਦਾ। ਹਰਭਜਨ ਮਾਨ ਜੀ ਦਾ ਮੈਂ ਬਹੁਤ ਵੱਡਾ ਫੈਨ ਸੀਗਾ ਤੇ ਹੁਣ ਵੀ ਹਾਂ, ਤੇ ਉਹਨਾਂ ਦੇ ਦਲੇਰ ਮਹਿੰਦੀ ਮੀਤਾ ਇਹਨਾਂ ਦੇ ਸਾਡੇ ਆਸ ਪਾਸ ਦੇ ਏਰੀਆ ਦੇ ਵਿੱਚ ਜਿੱਥੇ ਮੈਨੂੰ ਪਤਾ ਲੱਗਦਾ ਸੀਗਾ ਤੇ ਮੈਂ ਸ਼ੋਅ ਦੇਖਣ ਜਾਂਦਾ ਹੁੰਦਾ ਸੀਗਾ, ਸ਼ੂਟਿੰਗ ਦਾ ਪਤਾ ਲੱਗਦਾ ਸੀ ਉਹ ਦੇਖਣ ਜਾਂਦਾ ਸੀਗਾ। ਤੁਹਾਡੇ ਪਾਸਿਸ ਰੱਖੇ ਨੇ ਤੁਸੀਂ ਆਓ, ਤੇ ਮੈਂ ਉੱਥੇ ਗਿਆ ਸੀਗਾ ਤੇ ਸ਼ੋਅ ਤੋਂ ਬਾਅਦ ਉੱਥੇ ਉਹਨਾਂ ਨੇ ਆਪਣਾ ਕੁਛ ਅਨਾਊਂਸ ਕੀਤੀ ਆਪਣੀ ਨੈਕਸਟ ਫਿਲਮ ਜਿਹਨੂੰ ਡਾਇਰੈਕਟ ਕਰਨਾ ਸੀ ਰਵਿੰਦਰ ਭੱਟ ਜੀ ਨੇ, ਤੇ ਮੇਰੇ ਮਾਈਂਡ ਚ ਪਤਾ ਨੀ ਕੀ ਕਲਿੱਕ ਕੀਤਾ ਵੀ ਮੈਂ ਇਹਨੂੰ ਮਿਲਾ ਜਾ ਕੇ ਵੀ ਮੈਂ ਇਸ ਲਾਈਨ ਚ ਆਉਣਾ ਚਾਹੁੰਦਾ। ਤੇ ਆਫਟਰ ਦੈਟ ਸ਼ੋਅ ਲਾਈਕ ਆਈ ਮੈਟ ਹਿਮ ਬੈਕਸਟੇਜ, ਬਟ ਮੈਂ ਮਿਲ ਨਹੀਂ ਸਕਿਆ, ਮਿਲਣ ਗਿਆ ਸੀਗਾ ਤੇ ਉਹ ਨਿਕਲ ਚੁੱਕੇ ਸੀ ਤਦ ਤੱਕ। ਤੇ ਸਮਹਾਉ ਮੈਂ ਉਹਨਾਂ ਦਾ ਕੰਟੈਕਟ ਅਰੇਂਜ ਕੀਤਾ, ਮੈਨੂੰ 15-16 ਦਿਨ ਲੱਗ ਗਏ ਉਸ ਚੀਜ਼ ਚ, ਤੇ ਫਾਈਨਲੀ ਮੈਂ ਉਹਨਾਂ ਨੂੰ ਕਾਲ ਕੀਤੀ ਵੀ ਮੈਂ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ, ਤੇ ਉਹ ਪੁੱਛਣ ਵੀ ਤੁਸੀਂ ਕਰਦੇ ਕੀ ਹੋ, ਕਰਦਾ ਮੈਂ ਕੁਛ ਹੈ ਨੀ ਸੀਗਾ ਇਸ ਲਾਈਨ ਦੇ ਵਿੱਚ। ਤੇ ਲੇਕਿਨ ਹਾਂ, ਹੀ ਵਾਸ ਸੋ ਕਾਈਂਡ ਕਿ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਕਿ ਮੈਂ ਨੈਕਸਟ ਟਾਈਮ ਚੰਡੀਗੜ੍ਹ ਆਊਂਗਾ ਜੇ ਤੁਸੀਂ ਮੈਨੂੰ ਮਿਲੋ। ਤੇ ਓਨੈਸਟਲੀ ਮੈਨੂੰ ਫਰੈਸ਼ਰਸ ਨੂੰ ਸਰ ਚਾਂਸ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ, ਮਤਲਬ ਹਾਂਜੀ ਹਾਂਜੀ ਹਾਂਜੀ, ਇਸ ਦੇ ਰਿਲੇਟਡ ਨਹੀਂ ਵੀ ਹੈ ਕੁਝ। ਹਾਂਜੀ, ਇਵਨ ਅੱਜ ਵੀ ਜੇ ਮੈਂ ਤੁਹਾਨੂੰ ਬਾਅਦ ਚ ਇਹ ਗੱਲ ਕੰਟੀਨਿਊ ਕਰੂੰਗਾ, ਲੇਕਿਨ ਹੀ ਵਾਸ ਸੋ ਕਾਈਂਡ ਮੇਰੇ ਗੋਡਫਾਦਰ ਨੇ ਰਵਿੰਦਰ ਪੀਪਟ ਜੀ। ਤੇ ਫਾਈਨਲੀ ਮੈਂ ਜੁਆਇਨ ਕੀਤਾ, ਇੱਕ ਦੋ ਫਿਲਮਾਂ ਚ ਉਹਨਾਂ ਨੇ ਮੈਨੂੰ ਐਜ਼ ਅ ਟ੍ਰੇਨੀ ਭੇਜਿਆ, 11 ਮੀਲ ਬਹਾਰਾਂ ਤੇ ਆਪਣਾ ਵਾਰਿਸ਼ਾ। ਤੇ ਉਸ ਤੋਂ ਬਾਅਦ ਫਿਰ 2008 ਦੇ ਵਿੱਚ ਉਹਨਾਂ ਨੇ ਮੈਨੂੰ ਬੁਲਾਇਆ, ਕਹਿੰਦੇ ਵੀ ਰਾਜਾ ਤੇਰਾ ਟਾਈਮ ਆ ਗਿਆ। ਤੇ ਉਹ ਫਿਲਮ ਸੀਗੀ ਜੀ ਆਪਣੀ ਬੋਲੀ ਆਪਣਾ ਦੇਸ਼, ਜਿਹਦੇ ਚ ਮੈਂ ਐਜ਼ ਅ ਅਸਿਸਟੈਂਟ ਡਾਇਰੈਕਟਰ ਜੁਆਇਨ ਕੀਤਾ ਸੀ। ਤੇ ਲੇਕਿਨ ਸਰ ਨੇ ਮੈਨੂੰ ਉਹਦੇ ਚ ਸਾਰੇ ਪਾਸੇ ਭੇਜਣਾ, ਪ੍ਰੋਡਕਸ਼ਨ ਦੇ ਵਿੱਚ ਵੀ ਲਾਈਕ ਕੋਸਟਿਊਮਸ ਦਾ ਕੋਈ ਸਮਾਨ ਲੈ ਕੇ ਆਉਣਾ, ਨਾਚ ਜਾ ਕੇ ਆ, ਤੇ ਹੋਰ ਸਾਰੇ ਮਤਲਬ ਹਰ ਚੀਜ਼ ਦੇ ਵਿੱਚ ਉਹਨਾਂ ਨੇ ਮੈਨੂੰ ਐਕਸਪੀਰੀਅੰਸ ਕਰਾਇਆ। ਤੇ ਉਸ ਤੋਂ ਬਾਅਦ ਮੈਂ 4 ਫਿਲਮਾਂ ਕੀਤੀਆਂ ਉਹਨਾਂ ਨੇ, ਆਪਣੀ ਬੋਲੀ ਆਪਣਾ ਦੇਸ਼, ਦੈਨ ਪੰਜਾਬ ਬੋਲਦਾ, ਪਤਨੀ ਜਬ ਕਿਹੜੇ ਰੰਗਾਂ ਚ ਰਾਜੀ, ਵੈਲਕਮ ਟੂ ਪੰਜਾਬ ਇੱਕ ਫਿਲਮ ਸੀ ਉਹ ਰਿਲੀਜ਼ ਹੋਈ ਸੀ। ਤੇ ਇਸ ਤਰ੍ਹਾਂ ਹੀ ਫਿਰ ਜਿਹੜੀ ਸਾਡੀ ਪਹਿਲੀ ਫਿਲਮ ਸੀ ਆਪਣੀ ਬੋਲੀ ਆਪਣਾ ਦੇਸ਼, ਉਹਦੇ ਚ ਚੀਫ ਅਸਿਸਟੈਂਟ ਜਿਹੜੇ ਡਾਇਰੈਕਟਰ ਸੀਗੇ ਉਹ ਸੀਗੇ ਸੁਸ਼ੀਲ ਚੌਧਰੀ, ਜਿਹੜੇ ਬਹੁਤ ਵੱਡੇ ਡਾਇਰੈਕਟਰ ਨੇ। ਤੇ ਉਹਨਾਂ ਨੇ ਫਿਰ ਆਪਣੀ ਇੱਕ ਫਿਲਮ ਬਣਾਈ ਸੀਗੀ 11 ਉਹ ਦਿਲਦਾਰ ਹਰਭਜਨ ਜੀ ਦੇ ਨਾਲ, ਤੇ ਉੱਥੇ ਉਹਨਾਂ ਨੇ ਮੈਨੂੰ ਕਾਲ ਕਰਕੇ ਬੁਲਾਇਆ ਕਿਉਂਕਿ ਉਹ ਜਾਣਦੇ ਸੀ ਉਸ ਫਿਲਮ ਚ ਮਿਲ ਚੁੱਕੇ ਸੀ, ਉਹਨਾਂ ਨੇ ਚਾਂਸ ਦਿੱਤਾ ਆਪਣੇ ਨਾਲ ਐਜ਼ ਅ ਚੀਫ ਅਸਿਸਟੈਂਟ ਡਾਇਰੈਕਟਰ, ਉਹਨਾਂ ਨੇ ਮੈਨੂੰ ਡੈਜ਼ਿਗਨੇਸ਼ਨ ਦਿੱਤਾ, ਹਾਲਾਂਕਿ ਮੈਨੂੰ ਆਉਂਦਾ ਹਾਲੇ ਬਹੁਤ ਘੱਟ ਸੀ ਸਿੱਖ ਰਿਹਾ ਸੀਗਾ, ਤੇ ਲੇਕਿਨ ਤੁਹਾਡੇ ਅੰਦਰ ਕੰਫੀਡੈਂਸ ਆਉਂਦਾ ਹੈ, ਤੁਹਾਡੀ ਲਗਨ ਜ਼ਿਆਦਾ ਵੱਧਦੀ ਹੈ। ਤੇ ਉਹ ਫਿਲਮ ਮੈਂ ਕੀਤੀ, ਉਹਦੇ ਵਿੱਚ ਫਿਰ ਮੈਨੂੰ ਸੁਮੀਪ ਕੰਗ ਭਾਜੀ ਮਿਲੇ ਸੀ, ਉਹ ਉਸ ਫਿਲਮ ਚ ਈਪੀ ਸੀਗੇ ਐਗਜ਼ੀਕਿਊਟਿਵ ਪ੍ਰੋਡਿਊਸਰ। ਤੇ ਫਿਰ ਸੁਮੀਪ ਭਾਈ ਨੇ ਜਦੋਂ ਕੈਰੀਅਰ ਚੱਟਾ ਸ਼ੁਰੂ ਕੀਤੀ ਉਹਨਾਂ ਦਾ ਮੈਨੂੰ ਕਾਲ ਆ ਗਿਆ ਵੀ ਉਸ ਦਿਨ ਮੈਨੂੰ ਜੁਆਇਨ ਕਰ, ਤੇ ਸਮਹਾਉ ਮੈਂ ਜੁਆਇਨ ਕਰ ਨਹੀਂ ਸਕਿਆ ਸੀਗਾ ਕਿਉਂਕਿ ਉਸ ਟਾਈਮ ਪੀਪਲ ਸਨ ਫਿਲਮ ਚੱਲ ਰਹੀ ਸੀ। ਤੇ ਇਸ ਤਰ੍ਹਾਂ ਹੀ ਬਸ ਮੈਂ ਕਹਿ ਲਓ ਜੀ ਆ ਗਿਆ, ਬਸ ਫਿਲਮਾਂ ਤੇ ਫਿਲਮਾਂ ਫਿਰ ਚੱਲਦੀ ਨਹੀਂ ਆ, ਫਿਰ ਜ਼ਿਆਦਾ ਫਿਰ ਸਿੰਘ ਭਾਜੀ ਨਾਲ ਕੰਮ ਕਰਦਾ ਜੀ, ਉਹਨਾਂ ਨਾਲ ਹੀ ਮੈਂ ਕਰਦਾ, ਉਸ ਤੋਂ ਬਾਅਦ ਵੀ ਅੱਛਾ ਪ੍ਰੋਜੈਕਟ ਵੀ ਮੈਨੂੰ ਵੀ ਕਰਦਾ ਜੀ। ਅੱਛਾ ਸਰ, ਅਗਰ ਤੁਹਾਨੂੰ ਇੰਡਸਟਰੀ ਦੇ ਰਿਲੇਟਡ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਬਾਲੀਵੁੱਡ ਐਕਟਰਸ ਜਿਹੜੇ ਹੁੰਦੇ ਆ ਹਨਾ, ਉਹਨਾਂ ਨੂੰ ਐਕਟਿੰਗ ਕਰਨਾ ਜ਼ਰੂਰੀ ਹੁੰਦੀ ਹੈ ਕਿ ਐਕਟਿੰਗ ਆਣੀ ਚਾਹੀਦੀ ਹੈ ਜੀ, ਮਤਲਬ
then only they get a chance to work. जे पंजाबी इंडस्ट्री की गल करिए फिर सिंगर्स जेड़े ने उन्हां नूं मतलब एक्टर्स जेड़े ने उन्हां नूं सिंगिंग आनी चाहिए है, ठीक है, उन्हां दी फैन फॉलोइंग होनी चाहिए है, ना उन्हां नूं मेन लीड च दित्ता जांदा है. मतलब नॉर्मल अगर बहुत अच्छा एक्टर है तो उन्हें मेन लीड च नहीं लिता जांदा. वाई सो? नहीं इस तरह तो नहीं है, थोड़ी पहली गल दे नाल मैं एग्री नहीं करता है भी एक एक्टर नूं सिंगर होना जरूरी है. सिंगर एक्टर बन रहे ने वो गल दे विच तुहानूं मैं दस दिंदा कि वो इस करके होंदा, तुसीं अपने क्वेश्चन च उहदा जवाब दित्ता कि फैन फॉलोइंग चाहीदी है. ते जिहड़े नॉन फेस हुंदे ने पंजाब च जिन्ने भी नॉन सिंगर हैगे ने उहनां दी फैन फॉलोइंग होंदी ज्यादा. ते पंजाबी फिल्मां दा बजट बहुत घट हुंदा, रिस्क हुंदा बहुत ज्यादा रिकवरी दा, ते हर बंदा चाहुंदा कि मैनूं नॉन फेस मिले. नॉन एक्टर्स बहुत घट ने अज दे टाइम च, हुण बन रहे ने, है ना. हुण अपने कोल बहुत ऑप्शन जिहड़े जिस तरह देव करोड़ भाजी ने, जगजीत संधू है, धीरज है, अगे बहुत एक्टर जिहड़े यंग एक्टर आ रहे ने हुण. लेकिन ओह सिर्फ इक ही रीजन हुंदा कि फैन फॉलोइंग तुहानूं ऑटोमैटिकली उहनां दी मिल चुकी हुंदी है पहलां ही, ते उहनां दे जिहड़े फॉलोअर्स ने आउणा पसंद करदे. इह वी नहीं है कि हर सिंगर कामयाब है, एक्टर इह वी नहीं है कि बिनू ढिल्लों दी सब तों वड्डी मिसाल है. देखो ओह मतलब सिंगर नहीं, देव करोड़ जी सिंगर नहीं, बहुत एक्टर ने, इह सिर्फ फैन फॉलोइंग दे हुंदा. लकी भी कई सिंगर वधिया एक्टर निकल जांदे ने. सिंगिंग अजकल बहुत आसान हो गई है पंजाब च, ना कोई तुसी एक दो गाने चला लो थोड़ी फैन फॉलोइंग बन जाती है, लोग थोड़ा जानने लग जाते हैं, तब तुसी फिल्म च आ जाओ, वो इस तरीके नाल कहते हैं. सिंगर फैन फॉलोइंग देख के ले लिया अपने फिल्म की, कदम सिंगर ले लिया चाहे नाम ना दसो कि सिंगर ने ले लिया, हुण उहनूं एक्टिंग आंदी नहीं, हुण की करिए. देखो जी सिर्फ एक डेजिग्नेशन है, जिवें कह दो भी एक डायरेक्टर, देखो कैप्टन ऑफ द शिप डायरेक्टर होंदा है. मैं हुण काम करना ज्यादा समीर कंकर जी नाल, ते वो कैप्टन ने, ते उहनां दी एक डायरेक्शन टीम है, मतलब इनकलूडिंग मी, है ना, साडी पंज जणे दी प्रोजेक्ट दे अकॉर्डिंग हुंदे, कदे पंज वी हुंदे असीं टीम च, कदे सत वी हुंदे, है ना. ते उहदे च है कि उह सिर्फ एक सारी टीम है, सारे असीं उहनां दे असिस्टेंट्स हां. लेकिन कह लो भी चलो जे मैं थोड़ा जा एक्सपीरियंस ज्यादा कह लो, मतलब आंदा हले कुछ भी नहीं, लेकिन एक हुंदा है, चलो डेजिग्नेशन देता तुहानू, ते मैनू मान लो एसोसिएट करता, मेरे तो बाद चीफ असिस्टेंट डायरेक्टर कहता, फिर लाइक एडी वन एडी टू, लेकिन असीं इस चीज़ बिलीव नहीं करते बिल्कुल भी. ते पूरी डायरेक्शन टीम होंदी है, ते मेरा काम होंदा जी एज एन एसोसिएट कि वो सारी टीम नू अपने नाल लैके चलना, ते सारा काम जिहड़ा साडे डायरेक्टर दा जिहड़ा कह लो भी उन्हें सानू डायरेक्शन दित्तियां ने, ते वो सारी चीजें असीं इंप्लीमेंट करते हैं, सारी चीजें असीं तैयारी करनी होंदी है शूट. सर असिस्टेंट डायरेक्टर ते एसोसिएट डायरेक्टर च डिफरेंस है? की डिफरेंस है मतलब? नहीं मैं तो नहीं कुछ कहता जी, सिर्फ कह लो जी तुसी थोड़ा काम कर लैंदे हो जिस तरह थोनू लगता कि लाइक तुहाडे बॉस नू लगता, तुहाडे डायरेक्टर नू लगता कि चलो इन थोड़ा जा काम, थोड़ी रिस्पॉन्सिबिलिटी लैन जोगा हो गया, थोड़ा सिंसियर हो गया, तो थोड़ी एक डेजिग्नेशन देता है कि हम एसोसिएट है या इस पहले चीफ है, या इन्ना ही फर्क है जी. बाकी काम सारे करते हैं इक्वली, असं मेहनत करते हैं साढ़े लाइक क्लैपर तो लैके मेरे तक या जिन्हें भी टीम च काम करते हैं, सब की रिस्पॉन्सिबिलिटीज होंगे, तो हर काम इंपॉर्टेंट होंगे है, चाहे वह आर्टिस्ट को कॉल टाइम देना है, चाहे आर्टिस्ट को रिली करवाना है, चाहे उन्होंने डायलॉग देना है, चाहे सैट से रिक्वायरमेंट्स देखनी है, चाहे आर्ट की रिक्वायरमेंट्स ने, चाहे कॉस्ट होंगे, हर बंदे का रोल इंपॉर्टेंट है, किसी तो बिना काम नहीं चलेगा. तो मैं डेजिग्नेशन के चक्कर ज्यादा पैसा नहीं, तो बस इन्ना ही कह सकता जी. हाँ जी हाँ जी, काम अल्टीमेटली प्रोडक्ट अच्छा होना चाहिए, जिदे सारे काम कर रहे हो, जिदे करके अगे काम मिलना है, वो अच्छा बनना चाहिए, उसके लिए कुछ भी करना पवे, एक दूसरे की जॉब भी सामनी पवे, वो भी करनी चाहिए. ट्रू. ते सतिंदर जी अगर असि गल करिए पाजी इन प्रॉब्लम दी, जे थोड़ी फर्स्ट फिल्म सी स्मित कांगना, लाइक इस उन्हां नाल काम कर
ਕਿਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਫਸਟ ਟਾਈਮ ਉਹਨਾਂ ਨਾਲ ਕੰਮ ਕੀਤਾ? ਮਤਲਬ ਹੋਰਾਂ ਨਾਲ ਵੀ ਕੰਮ ਕੀਤਾ ਬਟ ਉਹਨਾਂ ਨਾਲ ਕੰਮ ਕਰਕੇ ਐਕਸਪੀਰੀਅੰਸ ਕਿਦਾਂ ਦਾ ਰਿਹਾ? ਹਾਂ, ਸੁਨੀਲ ਭਾਜੀ ਨਾਲ ਜੀ ਮੈਂ ਮਿਲਿਆ ਸੀ ਪਹਿਲੀ ਵਾਰ ਜਦੋਂ ਉਹ ਯਾਰਾ ਉਹ ਦਿਲਦਾਰਾ ਫਿਲਮ ਸੀ, ਲੇਕਿਨ ਉਹਦੇ ਚੋਂ ਜਿਸ ਤਰ੍ਹਾਂ ਡੇਲੀ ਸੈੱਟ ਤੇ ਨਹੀਂ ਆਉਂਦੇ ਸੀ, ਐਗਜ਼ੀਕਿਊਟਿਵ ਪ੍ਰੋਡਿਊਸਰ ਸੀਗੇ ਉਹ ਪ੍ਰੋਜੈਕਟ ਹੈਂਡਲ ਕਰ ਰਹੇ ਸੀਗੇ, ਤੇ ਲਾਈਕ ਦੂਸਰੇ ਦਿਨ ਤੀਸਰੇ ਦਿਨ ਇਸ ਤਰ੍ਹਾਂ ਆਉਂਦੇ ਰਹਿੰਦੇ ਸੀ, ਜ਼ਿਆਦਾ ਇੰਟਰੈਕਸ਼ਨ ਨਹੀਂ ਹੋ ਪਾਉਂਦੀ ਸੀ ਉਹਨਾਂ ਨਾਲ ਕਿਉਂਕਿ ਅਸੀਂ ਬਿਜ਼ੀ ਹੁੰਦੇ ਸੀ, ਉਹ ਸਾਈਡ ਤੇ ਬੈਠੇ ਹੁੰਦੇ ਸੀ, ਆਪਣੀ ਮੀਟਿੰਗਸ ਕਰ ਰਹੇ ਹੁੰਦੇ ਸੀ ਹਨ ਤੇ। ਲੇਕਿਨ ਯੂ ਆਰ ਰਾਈਟ ਕਿ ਭਾਜੀ ਇਨ ਪ੍ਰੋਬਲਮ ਮੇਰੀ ਪਹਿਲੀ ਫਿਲਮ ਸੀਗੀ, ਉਹ ਵੀ ਕਿਸ ਤਰ੍ਹਾਂ ਸੀ, ਕੈਰੀ ਔਨ ਜੱਟਾ ਵਨ ਦੇ ਵੇਲੇ ਭਾਜੀ ਦਾ ਮੈਨੂੰ ਫੋਨ ਆਇਆ ਤਾਂ ਮੈਂ ਦੂਜੇ ਸ਼ੂਟ ਸੀਗਾ, ਮੈਂ ਨਹੀਂ ਕਰ ਸਕਿਆ, ਆਈ ਵਾਜ਼ ਅਨਲੱਕੀ। ਤੇ ਦੈਨ ਉਹਨਾਂ ਦਾ ਇੱਕ ਸੈਕਿੰਡ ਫਿਲਮ ਲੱਕੀ ਦੀ ਅਨਲੱਕੀ ਸਟੋਰੀ ਆਈ, ਉਦੋਂ ਵੀ ਮੈਂ ਬਿਜ਼ੀ ਸੀ, ਨਹੀਂ ਕਰ ਸਕਿਆ। ਤੇ ਫਿਰ ਮੈਨੂੰ ਭਾਜੀ ਨੇ ਕਹਿਤਾ ਸੀ ਵੀ ਤੂੰ ਹੁਣ ਨੈਕਸਟ ਟਾਈਮ ਕੋਈ ਵੀ ਫਿਲਮ ਕਰੇਗਾ ਤਾਂ ਮੈਨੂੰ ਪੁੱਛ ਕੇ ਕਰਨੀ ਆ, ਤੂੰ ਅਗਲੀ ਫਿਲਮ ਮੇਰੇ ਨਾਲ ਕਰਨੀ ਹੀ ਕਰ। ਤੇ ਫਿਰ ਭਾਜੀ ਨੇ, ਹਾਂ ਭਾਜੀ ਨੇ ਪ੍ਰੋਬਲਮ ਇੱਕ ਕੀਤੀ ਸੀ, ਲੇਕਿਨ ਜਦੋਂ ਮੈਂ ਭਾਜੀ ਨੂੰ ਆ ਕੇ ਮਿਲਿਆ, ਨਾਲ ਕੰਮ ਕੀਤਾ, ਤੇ ਮਤਲਬ ਸਭ ਨਾਲ ਕੰਮ ਕਰਕੇ ਅੱਛਾ ਲੱਗਦਾ, ਸਭ ਕੋਲੋਂ ਸਿੱਖਣ ਦਾ ਮੌਕਾ ਮਿਲਦਾ। ਲੇਕਿਨ ਜੇ ਤੁਸੀਂ ਸਮੀਪ ਭਾਈ ਨਾਲ, ਤੁਸੀਂ ਤਾਂ ਕੀਤਾ ਹੀ ਹੋਇਆ ਕੰਮ, ਤੇ ਉਹਨਾਂ ਤੋਂ ਬਹੁਤ ਕੁਛ ਸਿੱਖਿਆ ਜੀ ਮੈਂ ਪੀਪਲ ਜੀ ਤੋਂ ਬਾਅਦ। ਤੇ ਬਹੁਤ ਕੂਲ ਨੇ, ਬਹੁਤ ਕਹਿੰਦਾ ਵੀ ਵਿਕੀਪੀਡੀਆ ਨੇ ਜੀ ਪੰਜਾਬੀ ਇੰਡਸਟਰੀ ਦਾ, ਕੀ ਹਿੰਦੀ ਇੰਡਸਟਰੀ ਦਾ, ਕੀ ਕਹਿ ਲਓ ਉਹਨਾਂ ਨੂੰ। ਤੇ ਬਹੁਤ ਕੁਛ ਸਿੱਖਿਆ ਨਾ, ਤੁਸੀਂ ਸਿੱਖ ਰਹੇ ਹੋ ਤੇ ਬਹੁਤ ਅੱਛਾ ਲੱਗਦਾ ਜੀ। ਤੇ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਨਾਲ ਕੰਮ ਕਰਦੇ ਕਰਦੇ ਮੇਰੀ ਨੇਚਰ ਚੇਂਜ ਹੋ ਗਈ, ਮੇਰੇ ਕਿੱਸਾ ਬਹੁਤ ਹੁੰਦਾ ਸੀ, ਪਹਿਲਾਂ ਗੁੱਸਾ ਘੱਟ ਹੋ ਗਿਆ, ਆਪਣੀ ਫਿਲਮ ਸਾਰੀ ਉਹਨਾਂ ਦੇ ਮਾਇੰਡ ਚ ਹੁੰਦੀ ਹੈ, ਉਹ ਸਭ ਕੁਛ ਉਹਨਾਂ ਨੂੰ ਪਤਾ ਹੁੰਦਾ ਹੈ ਕਦੋਂ ਕਿੱਥੋਂ ਕਿਵੇਂ ਕੀ ਹੋਣਾ, ਤੇ ਉਹਦੇ ਕਰਕੇ ਉਹ ਕੂਲ ਰਹਿੰਦੇ ਨੇ, ਸੋਰਟਡ ਰਹਿੰਦੇ, ਪਤਾ ਵੀ ਕਿਸ ਤਰ੍ਹਾਂ ਕੰਮ ਕਰਨਾ, ਬਹੁਤ ਸ਼ਾਰਪ ਮਾਇੰਡ, ਬਹੁਤ ਇੰਟੈਲੀਜੈਂਟ। ਉਸ ਵੇਲੇ ਮਤਲਬ ਮੈਂ ਡਾਇਲੋਗਸ ਵਗੈਰਾ ਦੇਣ ਜਾਂਦਾ ਹੁੰਦਾ ਸੀ, ਉਹਨਾਂ ਨੂੰ ਰਿਹਰਸਲਸ ਵੀ ਕਰਵਾਉਂਦਾ ਸੀਗਾ, ਉਹਨਾਂ ਦੀ ਵੈਨਿਟੀ ਜਾ ਕੇ ਉਹਨਾਂ ਕੋਲ ਬੈਠਣਾ, ਤੇ ਬਹੁਤ ਟਾਈਮ ਸਪੈਂਡ ਕੀਤਾ ਜੀ, ਜਿੰਨਾ ਇੱਕ ਫਿਲਮ ਕਰਨਾ ਹੁੰਦਾ ਤਕਰੀਬਨ 10-12 ਦਿਨ ਦਾ ਕੰਮ, 10-12 ਦਿਨ ਦਾ। ਤੇ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੂੰ ਕੰਮ ਕਰਦੇ ਦੇਖ ਕੇ, ਬਹੁਤ ਕੁਝ ਸਿੱਖਿਆ। ਤੇ ਤੁਸੀਂ ਤਾਂ ਸਰ ਬਾਲੀਵੁੱਡ ਫਿਲਮਸ 'ਚ ਵੀ ਕੰਮ ਕੀਤਾ ਤੇ ਬਾਲੀਵੁੱਡ 'ਚ ਤਾਂ ਕਰਦੇ ਸਰ, ਇਹਨਾਂ ਦੋਨਾਂ ਫਿਲਮਸ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਦਾ ਸ਼ੂਟ ਦੇ ਵਿੱਚ? ਦੇਖੋ ਜੀ, ਉਹਨਾਂ ਦੇ ਬਜਟ ਬਹੁਤ ਜ਼ਿਆਦਾ ਨੇ, ਉਸ ਕਰਕੇ ਉਹ ਬਹੁਤ ਕਹਿ ਲਓ ਵੀ ਜ਼ਿਆਦਾ ਸਾਡੇ ਨਾਲੋਂ ਲਾਈਕ ਡਿਸਿਪਲਿਨਡ ਹੁੰਦੇ ਨੇ, ਕਿਉਂਕਿ ਟੀਮ ਬਹੁਤ ਵੱਡੀ ਹੁੰਦੀ ਹੈ ਉਹਨਾਂ ਕੋਲ। ਸਾਨੂੰ ਇੱਥੇ ਪੰਜਾਬੀ ਮੂਵੀਜ਼ 'ਚ ਬਜਟ ਕਰਕੇ ਕਾਫੀ ਚੀਜ਼ਾਂ ਮੈਨੇਜ ਕਰਨੀ ਪੈਂਦੀਆਂ, ਲਾਈਕ ਇੱਕ ਬੰਦਾ ਦੋ ਦੋ ਬੰਦਿਆਂ ਦਾ ਕੰਮ ਕਰ ਰਿਹਾ, ਰਾਈਟ? ਤੇ ਲਾਈਕ ਬਜਟ ਵੀ ਦੇਖਣਾ ਹੁੰਦਾ, ਉਹ ਚੀਜ਼ਾਂ। ਅਦਰਵਾਈਜ਼ ਬਜਟ ਤਾਂ ਕੋਈ ਜ਼ਿਆਦਾ ਨਹੀਂ ਹੈਗਾ, ਇੰਨੀ ਫਰਕ ਹੈ ਜੀ। ਪੰਜਾਬੀ ਇੰਡਸਟਰੀ ਬਹੁਤ ਸੋਹਣਾ ਕਰ ਰਹੀ ਹੈ, ਬਹੁਤ ਉੱਪਰ ਆ ਚੁੱਕੀ ਹੈ, ਹੁਣ ਪ੍ਰੋਸੀਜਰ ਸਾਰਾ ਸੇਮ ਹੈ, ਲੇਕਿਨ ਉਹ ਸਿਰਫ ਬਜਟ ਦਾ ਹੈਗਾ, ਉਹਨਾਂ ਕੋਲ ਟੀਮ ਵੱਡੀ ਹੁੰਦੀ ਹੈ। ਸਰ, ਆਡੀਅੰਸ 'ਚ ਕਿਸੇ ਦਾ ਮੈਸੇਜ ਆਇਆ ਹੋਇਆ ਕਿ ਹਾਊ ਟੂ ਗੈਟ ਅ ਬ੍ਰੇਕ ਇਨ ਬਾਲੀਵੁੱਡ ਫਿਲਮਸ, ਸਰ ਬਾਲੀਵੁੱਡ 'ਚ ਕੰਮ ਕਰਨਾ ਹੈ ਤਾਂ ਕਿੱਦਾਂ ਸਾਨੂੰ ਬ੍ਰੇਕ ਮਿਲ ਸਕਦੀ ਹੈ, ਅਸੀਂ ਕਿੱਦਾਂ ਬਾਲੀਵੁੱਡ 'ਚ ਐਜ਼ ਅ ਐਕਟਰ ਕਿੱਦਾਂ, ਮਤਲਬ ਐਕਟਿੰਗ ਦੇ ਵਿੱਚ ਪੁੱਛ ਰਹੇ ਨੇ ਜੀ? ਹਾਂਜੀ, ਉਹਦਾ ਦੇਖੋ ਜੀ, ਮੈਂ ਦੇਖੋ ਪਹਿਲੀ ਗੱਲ ਤਾਂ ਇਹ ਕਿ ਮੈਂ ਕੋਈ ਨਹੀਂ ਹੁੰਦਾ ਸਿਖਾਉਣ ਵਾਲਾ ਕਿਸੇ ਨੂੰ ਸਲਾਹ ਦੇਣ ਵਾਲਾ, ਲੇਕਿਨ ਜੋ ਮੈਨੂੰ ਲੱਗਦਾ ਹੈ ਨਾ, ਤੁਹਾਨੂੰ ਤਿਆਰੀ ਦੇ ਨਾਲ ਆਉਣਾ ਚਾਹੀਦਾ, ਉਹਦੇ ਲਈ ਆਈ ਗੈਸ ਥੀਏਟਰ ਸਭ ਤੋਂ ਬੈਸਟ ਹੈ, ਜਾਂ ਐਕਟਿੰਗ ਸਕੂਲ ਆਪਣੇ ਇੱਧਰ ਘੱਟ ਨੇ, ਬੰਬੇ 'ਚ ਤਾਂ ਚਲੋ ਬਹੁਤ ਜ਼ਿਆਦਾ ਨੇ, ਦਿੱਲੀ 'ਚ ਬਹੁਤ ਨੇ, ਲੇਕਿਨ ਆਪਣੇ ਇੱਧਰ 'ਚ ਵੀ ਘੱਟ ਨੇ, ਤੇ ਕਈ ਲੋਕੀ ਅਫੋਰਡ ਨਹੀਂ ਕਰ ਪਾਉਂਦੇ, ਕਿਉਂਕਿ ਜ਼ਿਆਦਾਤਰ ਜਿਹੜੇ ਯੰਗਸਟਰਸ ਨੇ ਉਹ ਪੜ੍ਹਦੇ ਪੜ੍ਹਦੇ ਚੀਜ਼ਾਂ ਨੂੰ ਲਾਈਕ ਜੁਆਇਨ ਕਰਦੇ ਨੇ, ਲਾਈਕ ਸਟੱਡੀ ਵੀ ਕਰਦੇ ਨੇ, ਕੋਈ ਸਾਈਡ ਬਿਜ਼ਨਸ ਜਾਂ ਜੋਬ ਕਰਦੇ ਨੇ, ਤੇ ਉਹਨਾਂ ਲਈ ਈਜ਼ੀ ਹੋ ਜਾਂਦਾ ਜੇ ਚੰਡੀਗੜ੍ਹ ਦੇ ਵਿੱਚ, ਪਟਿਆਲਾ ਚੰਡੀਗੜ੍ਹ ਦੇ ਵਿੱਚ ਪਲੇਸ ਵਗੈਰਾ ਹੁੰਦੇ ਨੇ, ਥੀਏਟਰ ਜੁਆਇਨ ਕਰੋ, ਘੱਟੋ ਘੱਟ 5-6 ਮਹੀਨੇ ਸਾਲ ਤੁਸੀਂ ਲਗਾਓ, ਤਾਂ ਤੁਹਾਨੂੰ ਡਾਇਲੋਗ ਡਿਲੀਵਰੀ, ਐਕਟਿੰਗ, ਹੈ ਨਾ, ਵੋਇਸ ਮੈਡਿਊਲ, ਹਰ ਚੀਜ਼ ਬਾਰੇ ਪਤਾ ਲੱਗ ਜਾਊ ਤੁਹਾਨੂੰ। ਜੇ ਤੁਸੀਂ ਥੋੜੀ ਤਿਆਰੀ ਨਾਲ ਆਓਗੇ ਤਾਂ ਸਾਡਾ ਵੀ ਇੰਟਰਸਟ ਹੁੰਦਾ, ਜਿਵੇਂ ਅਸੀਂ ਕਾਸਟ ਕਰਦੇ ਹਾਂ, ਫਰੈਸ਼ਰਸ ਨੂੰ ਸਾਨੂੰ ਵੀ ਲੱਗਦਾ ਕਿ ਅਸੀਂ ਕਿਵੇਂ ਚਾਹੁੰਦੇ ਹੈ, ਹੈ ਨਾ। ਇੱਕ ਕਹਿ ਲਓ ਵੀ ਨੋਨ ਐਕਟਰ ਬੰਦੇ ਸੀਨ 'ਚ ਹੋਵੇ, ਬਾਕੀ ਵੱਡੇ ਆਰਟਿਸਟ, ਸੀਨ ਸਾਰਾ ਖਰਾਬ ਹੋ ਜਾਂਦਾ, ਉਹਨਾਂ ਦੀ ਵੀ ਕੰਸਟਰੇਸ਼ਨ ਖਰਾਬ ਹੋ ਜਾਂਦੀ ਹੈ। ਤਾਂ ਆਈ ਗੈਸ ਬੈਸਟ ਵੇ ਇਹੀ ਹੈ ਜੀ, ਥੀਏਟਰ ਜੁਆਇਨ ਕਰੋ, ਕੁਛ ਨਾ ਕੁਛ ਸਿੱਖ ਕੇ ਤਿਆਰੀ ਦੇ ਨਾਲ ਆਓ, ਤੁਸੀਂ ਆਪਣੇ ਆਪਣੇ ਕੋਲ ਗਰੂਮ ਕਰਕੇ ਆਓ, ਆਪਣਾ ਸੈਲਫ ਐਨਾਲਾਈਜ਼ ਜ਼ਰੂਰ ਕਰੋ, ਆਪਣੇ ਆਪ ਨੂੰ ਜਿਸ ਕੰਮ ਲਈ ਮੈਂ ਅਪਲਾਈ ਕਰ ਰਿਹਾ, ਜਿਸ ਜੋਬ ਲਈ ਮੈਂ ਅਪਲਾਈ ਕਰ ਰਿਹਾ, ਤੁਸੀਂ ਉਹਦੇ ਲਈ ਦੇਣਾ। ਲੇਕਿਨ ਮੈਂ ਦੇਖਿਆ ਜੀ, ਮੋਸਟਲੀ ਲੋਕ ਆਉਂਦੇ ਨੇ ਸ਼ੌਕ ਨੂੰ, ਮੈਨੂੰ ਬਹੁਤ ਸ਼ੌਕ ਹੈ ਜੀ, ਮੈਂ ਵੀ ਐਕਟਿੰਗ ਕਰਨਾ ਚਾਹੁੰਦਾ, ਇੱਕ ਸੀਨ ਜੇ ਦੋ ਸੀਨ, ਐਸਾ ਨਹੀਂ ਹੁੰਦਾ। ਮੈਂ ਆਪਣੇ ਕਿਸੇ ਡਾਕਟਰ ਫਰੈਂਡ ਨੂੰ ਕਹਾਂ ਕਿ ਮੈਂ ਯਾਰ ਅੱਜ ਤੈਨੂੰ ਸਰਜਰੀ 'ਚ ਪਾਰਟੀਸਪੇਟ ਕਰੂੰਗਾ, ਤੇ ਮੈਂ ਵੀ ਸਰਜਰੀ ਕਰ ਦਿੰਦਾ, ਸੋ ਤੁਹਾਨੂੰ ਕੌਣ ਅਲਾਓ ਕਰ ਦੂਗਾ, ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ। ਤਾਂ ਲੋਕ ਐਕਟਿੰਗ ਨੂੰ ਕਈ ਵਾਰ ਲੋਕੀ ਜ਼ਿਆਦਾ ਹਲਕੇ ਚ ਲੈਂਦੇ, ਵੀ ਚਲੋ ਇੱਕ ਸੀਨ ਹੀ ਕਰ ਦੋ ਸੀਨ, ਤਿਆਰੀ ਕਰਕੇ ਆਓ, ਤਿਆਰੀ ਕਰਕੇ ਆਓ। ਆਈ ਹੋਪ ਸਾਰਿਆਂ ਨੂੰ ਆਨਸਰ ਮਿਲ ਗਿਆ ਕਿ ਤਿਆਰੀ ਕਰਕੇ ਜਾਣਾ ਐਵੇਂ ਨਹੀਂ ਜਾਣਾ। ਹੁਣ ਮੈਂ
ਸਤਿੰਦਰ ਜੀ ਤੋਂ ਪੁੱਛਣਾ ਚਾਹੁੰਦੀ ਹਾਂ, ਸਤਿੰਦਰ ਜੀ ਤੁਹਾਡੀ ਗੋਲਗੱਪੇ ਮੂਵੀ ਆ ਰਹੀ ਸੀ, ਉਹਦੀ ਕੀ ਅਪਡੇਟ ਹੈ? ਲਾਈਕ ਲੌਕਡਾਊਨ ਕਰਕੇ ਰੁਕ ਗਈ ਸੀ, ਕੀ ਅਸੀਂ ਉਮੀਦ ਕਰ ਸਕਦੇ OTT ਪਲੇਟਫਾਰਮ ਤੇ ਰਿਲੀਜ਼ ਹੋਊਗੀ, ਜਾਂ ਫਿਰ ਤੁਸੀਂ ਵੇਟ ਕਰੋਗੇ ਕਿ ਲੌਕਡਾਊਨ ਖੁੱਲ ਜੇ, ਥੀਏਟਰਸ ਖੁੱਲ ਜਾਣ, ਅਸੀਂ ਪ੍ਰੋਪਰ ਥੀਏਟਰ ਪ੍ਰੈਕਟੀਕਲ ਰਿਲੀਜ਼ ਕਰਾਂਗੇ? ਐਕਚੁਅਲੀ ਇਹ ਡਿਸੀਜਨ ਸੀ ਪ੍ਰੋਡਿਊਸਰਸ ਦਾ ਹੁੰਦਾ ਹੈ, ਪ੍ਰੋਡਿਊਸਰ ਤੇ ਡਾਇਰੈਕਟਰ, ਤੇ ਆਈ ਗੈਸ ਲੌਕਡਾਊਨ ਖੁੱਲਣ ਦੀ ਵੇਟ ਕਰ ਰਹੇ ਵੀ ਸਭ ਚੀਜ਼ਾਂ ਜਲਦੀ ਜਲਦੀ ਠੀਕ ਹੋ ਜਾਣ ਤੇ ਫਿਲਮ ਰਿਲੀਜ਼ ਹੋਊਗੀ ਜੀ, ਬਿਲਕੁਲ ਜਲਦੀ ਹੋਊਗੀ, ਤਿਆਰ ਹੈ ਜੀ ਬਿਲਕੁਲ ਫਿਲਮ, ਤੇ ਜਿੱਦਾਂ ਹੀ ਸਭ ਕੁਛ ਠੀਕ ਹੁੰਦਾ ਤਾਂ ਸਭ ਨੂੰ ਖਾਣ ਨੂੰ ਮਿਲਣਗੇ ਜੀ ਗੁਰੂ ਦਾ। ਤੇ ਸਰ ਅਗਰ ਆਪਾਂ ਪ੍ਰੋਡਿਊਸਰਸ ਦੀ ਗੱਲ ਕਰੀਏ, ਹੁਣ ਪ੍ਰੋਡਿਊਸਰਸ ਤੇ ਵੀ ਆ ਜਾਂਦੇ ਸੀ, ਪ੍ਰੋਡਿਊਸਰਸ ਦੀ ਗੱਲ ਕਰੀਏ, ਵਾਈ ਪ੍ਰੋਡਿਊਸਰਸ ਆਲਵੇਜ਼ ਚੂਸ ਟੂ ਪੁੱਟ ਮਨੀ ਕਿ ਅਸੀਂ ਕਾਮੇਡੀ ਦੇ ਕਾਮੇਡੀ ਜਨਰ ਦੇ ਵਿੱਚ ਹੀ ਪੈਸਾ ਲਾਉਣਾ ਪਸੰਦ ਕਰਾਂਗੇ, ਸੀਰੀਅਸ ਮੈਟਰਸ ਦੇ ਵਿੱਚ ਨਹੀਂ ਪੈਸਾ ਲਾਉਂਦੇ, ਏਦਾਂ ਕਿਉਂ ਹੈ? ਬਹੁਤ ਹੀ ਰੇਅਰੈਸਟ ਆਫ ਰੇਅਰ ਅਗਰ ਅਸੀਂ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਵਿੱਚ ਸੀਰੀਅਸ ਫਿਲਮਾਂ ਤੇ ਪੈਸਾ ਲੱਗਦਾ, ਅਗਰ ਅਸੀਂ ਗੱਲ ਕਰੀਏ ਸੀਰੀਅਸ ਫਿਲਮਾਂ ਦੀ ਵੀ ਤਾਂ ਸੀਰੀਅਸ ਫਿਲਮਾਂ ਬਣਾ ਦਿੱਤਾ ਜਾਂਦਾ ਕਿ ਉਹ ਹਿੱਟ ਹੀ ਨਹੀਂ ਹੁੰਦੀਆਂ, ਠੀਕ ਹੈ? ਤਾਂ ਇਸ ਕਰਕੇ ਪ੍ਰੋਡਿਊਸਰਸ ਡਰਦੇ ਪੈਸਾ ਲਾਉਣ ਤੇ, ਜਾਂ ਫਿਰ ਆਡੀਅੰਸ ਐਕਸੈਪਟ ਕਰਦੀ ਕਿ ਨਹੀਂ ਅਸੀਂ ਤਾਂ ਕਾਮੇਡੀ ਪਸੰਦ ਕਰਾਂਗੇ, ਅਸੀਂ ਸੀਰੀਅਸ ਜਨਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਏਦਾਂ ਦਾ ਕੁਝ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਸੀਰੀਅਸ ਫਿਲਮਾਂ ਨਹੀਂ, ਲਾਈਕ ਤੁਸੀਂ ਕਹਿ ਸਕਦੇ ਸਬਜੈਕਟਿਵ ਫਿਲਮਾਂ ਕਾਮੇਡੀ ਤੋਂ ਅਲੱਗ। ਪਹਿਲਾਂ ਤਾਂ ਤੁਸੀਂ ਇਹ ਪੁੱਛਿਆ ਕਿ ਉਹ ਪ੍ਰੋਡਿਊਸਰਸ ਕਾਮੇਡੀ ਫਿਲਮਾਂ ਤੇ ਹੀ ਕਿਉਂ ਲਾਉਂਦੇ ਨੇ, ਉਹ ਇੱਕ ਇਹ ਹੈ ਕਿ ਸੇਫਟੀ ਲੱਗਦੀ ਉਹਨਾਂ ਨੂੰ, ਕਿਉਂਕਿ ਪੰਜਾਬੀਆਂ ਦੀ ਫਿਤਰਤ ਵੀ ਤੁਹਾਨੂੰ ਪਤਾ ਖੁਸ਼ ਰਹਿਣਾ, ਹਾਸਾ ਮਖੌਲ ਹੁੰਦਾ, ਤੇ ਕਾਮੇਡੀ ਨੂੰ ਹਰ ਕੋਈ ਲਾਈਕ ਕਰਦਾ, ਲਾਈਫ ਚ ਅੱਜ ਕੱਲ੍ਹ ਸਟ੍ਰੈਸ ਹੀ ਇੰਨਾ ਜ਼ਿਆਦਾ ਹੈ, ਤਾਂ ਇਹ ਜਿਹੜੀ ਕਾਮੇਡੀ ਮੂਵੀਜ਼ ਨੇ ਸਟ੍ਰੈਸ ਬਸਟਰ ਦਾ ਕੰਮ ਕਰਦੀਆਂ ਨੇ, ਤੁਹਾਨੂੰ ਰਿਲੀਫ ਦਿੰਦੀਆਂ ਨੇ, ਕਿਉਂਕਿ ਟਾਈਮ ਦੀ ਬਹੁਤ ਸ਼ੋਰਟੇਜ ਅੱਜ ਕੱਲ੍ਹ, ਕਿਸੇ ਕੋਲ ਟਾਈਮ ਨਹੀਂ ਹੈਗਾ, ਤੇ ਲੋਕੀ ਹੱਸ ਕੇ ਹਮੇਸ਼ਾ ਖੁਸ਼ ਹੁੰਦੇ ਨੇ। ਇਹ ਤਾਂ ਚਲੋ ਇੱਕ ਜਨਰ ਹੋ ਗਿਆ ਤੁਹਾਡਾ, ਵਿੱਚ ਜਿਸ ਤਰ੍ਹਾਂ ਸਮੀਰ ਭਾਈ ਦਾ ਜਨਰ ਕਾਮੇਡੀ ਫਿਲਮਾਂ ਹੀ ਬਣਾ ਸਕਦੇ ਨੇ, ਲੇਕਿਨ ਉਸ ਤੋਂ ਹਟ ਕੇ ਪਿਛਲੇ ਕੁਛ ਟਾਈਮ 'ਚ ਕਾਫੀ ਫਿਲਮਾਂ ਆਈਆਂ, ਜਿਵੇਂ ਦੇਵ ਫਰੋਡ ਜੀ ਦੀ ਫਿਲਮਾਂ ਨੇ, ਉਹ ਸਬਜੈਕਟਿਵ ਫਿਲਮਾਂ ਨੇ, ਬਿਲਕੁਲ ਕੋਈ ਆਪਾਂ ਨੂੰ ਕਾਮੇਡੀ ਫਿਲਮ ਨਹੀਂ ਕਹਿ ਸਕਦਾ, ਤੇ ਉਹ ਚੰਗੀਆਂ ਵੀ ਨੇ ਫਿਲਮਾਂ, ਜੇ ਅੱਛੀ ਫਿਲਮਾਂ ਪੜਦੀਆਂ ਤਾਂ ਲੋਕ ਦੇਖ ਲੈਂਦੇ ਜੀ। ਤੇ ਅਰਦਾਸ ਫਿਲਮ ਬਣਾਈ ਸੀ ਜੀ ਮੈਂ, ਲੱਕੀ ਗੇਮ ਉਸ ਫਿਲਮ ਦਾ ਵੀ ਹਿੱਸਾ ਸੀਗਾ, ਅਰਦਾਸ ਫਿਲਮ ਦੇਖੋ ਤੁਸੀਂ, ਗਿੱਪੀ ਭਾਈ ਨੇ ਬਣਾਈ ਸੀ, ਕਾਮੇਡੀ ਉਹਦੇ ਸਿਚੁਏਸ਼ਨਲ ਸੀ, ਲੇਕਿਨ ਉਹ ਕਾਮੇਡੀ ਫਿਲਮ ਨਹੀਂ ਹੈਗੀ। ਦੇਖੋ ਤੁਸੀਂ ਕਿੰਨੀ ਦੁਨੀਆਂ ਨੇ ਪਸੰਦ ਕੀਤਾ ਉਸ ਫਿਲਮ ਨੂੰ, ਬੈਂਚ ਮਾਰਕ ਹੈ ਜੀ ਪੰਜਾਬੀ ਸਿਨੇਮਾ ਦੀ ਉਸ ਫਿਲਮ, ਤੇ ਹੋਰ ਬਹੁਤ ਫਿਲਮਾਂ ਨੇ, ਲੇਕਿਨ ਪ੍ਰੋਡਿਊਸਰ ਲਗਾਉਂਦੇ ਨੇ ਜੀ ਪੈਸਾ, ਬਸ਼ਰਤੇ ਕਿ ਸਕ੍ਰਿਪਟ ਅੱਛੀ ਹੋਵੇ, ਕਾਸਟ ਅੱਛੀ ਹੋਵੇ, ਸਭ ਕੁਛ ਸੈਟਅਪ ਅੱਛਾ ਹੋਵੇ, ਤਾਂ ਪ੍ਰੋਡਿਊਸਰ ਜ਼ਰੂਰ ਪੈਸਾ ਲਗਾਉਂਦੇ ਨੇ, ਤੇ ਲੋਕੀ ਪਸੰਦ ਵੀ ਕਰਦੇ ਨੇ, ਵੈਲ ਮੇਡ ਫਿਲਮ ਹੋਣੀ ਚਾਹੀਦੀ ਹੈ ਜੀ। ਜਿੱਦਾਂ ਸਰ ਅਗਰ ਅਸੀਂ ਸਮੀਪ ਕਾਂਤ ਜੀ ਦੀ ਲੌਕ ਮੂਵੀ ਦੀ ਗੱਲ ਕਰੀਏ, ਤਾਂ ਉਹਦਾ ਕਨਸੈਪਟ ਬਿਲਕੁਲ ਡਿਫਰੈਂਟ ਸੀ, ਉਸਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਾਮੇਡੀ ਫਿਲਮਾਂ ਬਣਾਉਣ ਡਾਇਰੈਕਟਰ ਨੇ ਥੋੜਾ ਹਟ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਅੱਛੀ ਫਿਲਮ ਬਣਾਈ, ਲੇਕਿਨ ਉਹ ਨਹੀਂ ਲੋਕਾਂ ਨੂੰ ਸ਼ਾਇਦ ਓਨੀ ਵਧੀਆ ਲੱਗੀ ਜਾਂ ਐਕਸੈਪਟ ਕੀਤੀ ਉਸ ਵੇਲੇ, ਕੁਛ ਚੱਲ ਜਾਂਦੇ ਨੇ ਜੀ ਐਕਸਪੈਰੀਮੈਂਟ, ਕਈ ਵਾਰ ਨਹੀਂ ਵੀ ਚੱਲਦੇ ਹੈਗੇ, ਲੇਕਿਨ ਕਰਦੇ ਰਹਿਣਾ ਚਾਹੀਦਾ। ਅਗਰ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰੀਏ, ਲਾਈਕ ਤੁਹਾਡਾ ਐਕਸਪੀਰੀਅੰਸ ਕਿੰਨੇ ਟਾਈਮ ਤੋਂ, ਬਹੁਤ ਦੇਰ ਤੋਂ ਤੁਸੀਂ ਇਸ ਫੀਲਡ ਵਿੱਚ ਹੋ, ਤੇ ਅਸੀਂ ਕੋਈ ਉਮੀਦ ਕਰਦੇ ਹਾਂ ਕਿ ਤੁਹਾਡਾ ਕੋਈ ਡਾਇਰੈਕਸ਼ਨਲ ਪ੍ਰੋਜੈਕਟ ਆਊਗਾ, ਤੁਸੀਂ ਡਾਇਰੈਕਟਰ ਕੁਝ ਸੋਚ ਰਹੇ ਹੋ? ਹਾਂਜੀ ਜ਼ਰੂਰ ਆਊਗਾ ਜੀ, ਹੁਣ ਫਾਈਨਲ ਫਾਈਨਲ ਕਹਿ ਲਓ ਤੁਸੀਂ, ਕੋਈ ਡੈਸਟੀਨੇਸ਼ਨ ਤਾਂ ਉਹੀ ਹੈਗਾ ਵੀ ਇੰਡੀਪੈਂਡੈਂਟ ਡਾਇਰੈਕਟਰ ਬਣਾ, ਲੇਕਿਨ ਵੇਟ ਕਰ ਰਹੇ ਹਾਂ ਜੀ, ਰਾਈਟ ਟਾਈਮ ਦੀ ਵੇਟ ਕਰ ਰਹੇ ਹਾਂ, ਮੈਨੂੰ ਪਤਾ ਕਿ ਟਾਈਮ ਥੋੜਾ ਲੰਬਾ ਹੋ ਰਿਹਾ ਹੈ, ਅੱਜ ਕੱਲ੍ਹ ਤਾਂ ਕਹਿ ਲਓ ਵੀ ਕਈ ਏਦਾਂ ਦੇ ਵੀ ਹੈਗੇ ਨੇ ਡਾਇਰੈਕਟਰ ਜਿਹਨਾਂ ਤਿੰਨ ਤਿੰਨ ਚਾਰ ਚਾਰ ਫਿਲਮਾਂ ਕੀਤੀਆਂ, ਮੈਨੂੰ ਲੱਗ ਰਿਹਾ ਕਿ ਸ਼ਾਇਦ ਹਲੇ ਰਾਈਟ ਟਾਈਮ ਨਹੀਂ ਆਇਆ ਹੈਗਾ, ਤੇ ਹਲੇ ਸਿੱਖੀ ਜਾ ਰਹੇ ਹਾਂ ਜੀ, ਸ਼ਾਇਦ ਸਿੱਖਣਾ ਲੰਬਾ ਲਿਖਿਆ ਹੋਇਆ, ਤੇ ਜ਼ਰੂਰ ਕਰੂੰਗਾ ਜੀ ਜਲਦੀ ਕੁਛ ਅੱਛੀ ਸਕ੍ਰਿਪਟ ਦੀ ਵੇਟ ਹੈ, ਕਿਉਂਕਿ ਮੈਂ ਰਾਈਟਰ ਨਹੀਂ ਹੈਗਾ, ਜੇ ਰਾਈਟਰ ਹੁੰਦਾ ਸ਼ਾਇਦ ਮੈਂ ਲਿਖਦਾ ਕੋਈ ਅੱਛਾ ਕਨਸੈਪਟ, ਮੈਂ ਆਮ ਨੋਟ ਅ ਰਾਈਟਰ, ਤੇ ਮੈਂ ਵੇਟ ਕਰ ਰਿਹਾ ਜੀ, ਮਿਲਦਾ ਰਹਿੰਦਾ, ਕਾਫੀ ਫਰੈਂਡ ਹੈਗੇ ਨੇ ਇੰਡਸਟਰੀ ਜਿਹੜੇ ਰਾਈਟਰ ਨੇ, ਸੁਣਦਾ ਰਹਿੰਦਾ ਕਨਸੈਪਟ, ਜੇ ਅੱਛਾ ਲੱਗੂਗਾ ਤਾਂ ਜ਼ਰੂਰ ਕਰੂੰਗਾ, ਤੁਹਾਡੀ ਸਭ ਦੀ ਬਲੈਸਿੰਗ ਦੇ ਨਾਲ ਜੀ, ਵਿਸ਼ਿਸ ਦੇ ਨਾਲ। ਸਰ ਸੋਚਿਆ ਹੀ ਸੀ, ਸੋਚਿਆ ਸੀ ਤੁਸੀਂ ਵੀ ਫਿਲਮਾਂ ਵਿੱਚ ਮੈਂ ਆਣਾ ਹੀ ਆਣਾ, ਪਹਿਲਾਂ ਕੋਈ ਹੋਰ ਮਤਲਬ ਤੁਹਾਡਾ ਟਾਰਗੇਟ ਸੀ ਜਾਂ ਕਰੀਅਰ ਕੁਝ ਹੋਰ ਸੀ,
ਵੀ ਇੱਕੋ ਦਮ ਮੌਕਾ ਮਿਲਿਆ ਤੇ ਚੌਕਾ ਮਾਰਦਾ ਵੀ ਹੁਣ ਫਿਲਮਾਂ ਚ ਠੀਕ ਹੈ ਮਤਲਬ ਵਧੀਆ ਹੈ ਜਾਂ ਤੁਸੀਂ ਮਤਲਬ ਇੱਕ ਹੁੰਦਾ ਨਾ ਸ਼ੁਰੂ ਤੋਂ ਵੀ ਮੈਂ ਫਿਲਮ ਚ ਮਤਲਬ ਜਾਣ ਜਾਂ ਮੈਂ ਐਕਟਰ ਹੀ ਜਾਂ ਮੈਂ ਫਿਲਮ ਚ ਬੈਕ ਸਟੇਜ ਕੰਮ ਹੀ ਕਰਨਾ ਹੈ ਏਦਾਂ ਬਿਲਕੁਲ ਨਹੀਂ ਸੋਚਿਆ ਸੀਗਾ ਜੀ ਐਕਸੀਡੈਂਟਲੀ ਆਇਆ ਹੈ ਤੇ ਫਿਲਮ ਲਾਈਨ ਚ ਆਉਣ ਤੋਂ ਪਹਿਲਾਂ ਜੀ ਮੈਂ ਤਕਰੀਬਨ 8-9 ਸਾਲ ਲੁਧਿਆਣਾ ਸੀਗਾ ਲੱਗਿਆ ਵੀ ਕੁਛ ਥੋੜਾ ਜਿਹਾ ਅਲੱਗ ਮੈਨੂੰ ਕੁਛ ਕਰਨਾ ਚਾਹੀਦਾ ਲਾਈਕ ਫੈਮਿਲੀ ਬਿਜ਼ਨਸ ਦੇ ਨਾਲ ਕਿਉਂਕਿ ਅਸੀਂ ਦੋ ਬ੍ਰਦਰ ਮੈਨੂੰ ਲੱਗਿਆ ਸੀ ਸ਼ਾਇਦ ਮੈਨੂੰ ਥੋੜਾ ਜਿਹਾ ਕੁਛ ਅਲੱਗ ਟਰਾਈ ਕਰਨਾ ਚਾਹੀਦਾ ਕਿਉਂਕਿ ਵੱਡੇ ਸ਼ਹਿਰ ਚ ਰਹਿਣ ਤੋਂ ਬਾਅਦ ਉਹ ਕੰਮ ਕਰਨ ਤੋਂ ਬਾਅਦ ਮੈਂ ਇੱਕ ਟਾਊਨ ਚ ਰਹਿਣਾ ਹੈ ਤੇ ਉੱਥੇ ਨਹੀਂ ਮੇਰਾ ਦਿਲ ਲੱਗਦਾ ਸੀ ਇਹਨਾਂ ਚੀਜ਼ਾਂ ਚ ਤਾਂ ਮੈਂ ਨਿਕਲਣਾ ਚਾਹੁੰਦਾ ਸੀ ਵੀ ਕੁਛ ਅਲੱਗ ਕਰਾਂ ਤੇ ਮੈਨੂੰ ਇਹੀ ਇੱਕ ਲਾਈਨ ਲੱਗੀ ਜਿਹਦੇ ਚ ਮੇਰਾ ਇੰਟਰਸਟ ਸੀਗਾ ਤੇ ਹੋਰ ਬਣਨਾ ਸ਼ੁਰੂ ਹੋਇਆ ਲਾਈਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸ਼ੋਜ਼ ਦੇਖਦਾ ਹੁੰਦਾ ਸੀ ਲਾਈਵ ਸ਼ੂਟਿੰਗ ਦੇਖਦਾ ਹੁੰਦਾ ਸੀ ਤੇ ਉਦੋਂ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਸ਼ਾਇਦ ਮੈਂ ਇਸ ਲਾਈਨ ਚ ਕੁਛ ਕਰ ਸਕਦਾ ਹੈ ਮੈਂ ਜੋਬ ਨਹੀਂ ਕਰ ਸਕਦਾ ਕੋਈ ਮੈਂ ਜੋਬ ਕਰਨ ਜਾਵਾਂ ਜਾਂ ਕੁਛ ਹੋਰ ਉਹ ਨਹੀਂ ਮੈਂ ਕਰ ਸਕਦਾ ਹੈਗਾ ਮੈਨੂੰ ਲੱਗਿਆ ਕਿ ਸ਼ਾਇਦ ਇੱਧਰ ਟਰਾਈ ਕਰਨਾ ਚਾਹੀਦਾ ਮੈਨੂੰ ਚੀਜ਼ਾਂ ਜਲਦੀ ਸਮਝ ਆ ਰਹੀਆਂ ਸੀ ਇਸ ਪਾਸੇ ਤੇ ਬਾਕੀ ਕਿਸਮਤ ਸੀ ਮੇਰੀ ਅੱਛੀ ਕਿ ਆਈ ਵਾਸ ਸੋ ਬਲੈਸਡ ਕਿ ਮੈਨੂੰ ਮੇਰੇ ਗੋਡ ਫਾਦਰ ਨੇ ਸਿੰਧ ਜਿਹੜਾ ਨੇ ਮੇਰੀ ਬਾਹ ਫੜ ਲਈ ਤੇ ਆਪਣੇ ਨਾਲ ਰੱਖਿਆ ਉਸ ਤੋਂ ਬਾਅਦ ਮੇਰੀ ਜਰਨੀ ਸ਼ੁਰੂ ਹੋਈ ਮੈਂ ਕਿਹਾ ਸਰ ਅਦਰਵਾਈਜ਼ ਸੌਖਾ ਨਹੀਂ ਹੁੰਦਾ ਜੀ ਤੇ ਸਰ ਐਕਟਿੰਗ ਦੀ ਗੱਲ ਕਰੀਏ ਤੁਸੀਂ ਤਾਂ ਹੁਣ ਫਿਲਮਸ ਦੇ ਵਿੱਚ ਐਕਟਿੰਗ ਵੀ ਕਰਦੇ ਹੋ ਬਹੁਤ ਸਾਰੀ ਫਿਲਮ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਛੋਟੇ ਛੋਟੇ ਰੋਲਸ ਕਰਦੇ ਹੋਏ ਉਸ ਦੇ ਬਾਰੇ ਕੀ ਨਹੀਂ ਕਿਹਾ ਸੀ ਕਿ ਬਸ ਐਕਟਿੰਗ ਦਾ ਸ਼ੌਂਕ ਹੈ ਤੇ ਬਸ ਮਤਲਬ ਸ਼ੌਂਕ ਸ਼ੌਂਕ ਵਾਈਜ਼ ਕਿ ਸ਼ੌਕ ਹੀ ਕਰਦਾ ਕਿਉਂਕਿ ਮੈਂ ਵੀ ਬੈਡ ਐਕਟਰ ਹਾਂ ਜੀ ਬਹੁਤ ਤੁਸੀਂ ਦੇਖਿਆ ਹੀ ਹੋਣਾ ਹੈ ਉਹ ਸਿਰਫ ਇੱਕ ਸ਼ੌਕ ਹੈ ਵੀ ਚਲੋ ਫਿਲਮ ਚ ਕੋਈ ਹੁੰਦਾ ਕਈ ਵਾਰ ਛੋਟਾ ਜਿਹਾ ਕੋਈ ਏਦਾਂ ਦਾ ਕੋਈ ਰੋਲ ਹੁੰਦਾ ਕਿ ਆਪਾਂ ਇੱਕਦਮ ਕਿਸੇ ਐਕਟਰ ਨੂੰ ਨਹੀਂ ਬੁਲਾ ਸਕਦੇ ਹਨਾ ਕਾਫੀ ਘੱਟ ਕੰਮ ਹੁੰਦਾ ਯਾਰ ਲੱਗਦਾ ਚਲੋ ਵੀ ਕਰ ਲੈਂਦੇ ਹਾਂ ਸ਼ੌਕ ਕਿਤੇ ਨਾ ਕਿਤੇ ਅੰਦਰ ਹੈਗਾ ਹੀ ਆ ਤਾਂ ਹੀ ਬੰਦਾ ਕਰਦਾ ਨਹੀਂ ਤਾਂ ਕੋਰੀ ਨਾ ਹੋ ਜਾਂਦੀ ਹੈ ਤੇ ਸਰ ਜੇ ਅਗਰ ਅਸੀਂ ਤੁਹਾਡੇ ਐਜ਼ ਅ ਡਾਇਰੈਕਟਰ ਦੀ ਗੱਲ ਕਰੀਏ ਕਿ ਅਗਰ ਤੁਸੀਂ ਡਾਇਰੈਕਸ਼ਨ ਵਿੱਚ ਜਦੋਂ ਵੀ ਆਓਗੇ ਤਾਂ ਕੋਈ ਡ੍ਰੀਮ ਹੈਗਾ ਕਿ ਮੈਂ ਇਸੀ ਐਕਟਰ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦਾ ਜਾਂ ਐਕਟਰੈਸ ਨੂੰ ਲੈ ਕੇ ਐਵੇਂ ਫਿਲਮ ਬਣਾਉਣਾ ਚਾਹੁੰਦਾ ਏਦਾਂ ਦਾ ਕੁਛ ਮਾਈਂਡ ਕਲੀਅਰ ਹੋਵੇ ਲਾਈਕ ਉਹ ਤਾਂ ਮੈਂ ਜਦੋਂ ਬਣਾਉਂਗਾ ਫਿਰ ਉਦੋਂ ਹੀ ਦੇਖਾਂਗੇ ਕੌਣ ਅਵੇਲੇਬਲ ਹੈ ਹੈਨਾ ਉਦੋਂ ਫਿਰ ਕਿੱਦਾਂ ਦੀ ਸਕ੍ਰਿਪਟ ਹੈ ਪਰਸਨਲ ਚੋਇਸ ਨਹੀਂ ਹੈ ਕਿ ਮੈਨੂੰ ਇਹ ਐਕਟਰ ਚਾਹੀਦਾ ਜਾਂ ਇਹ ਹੀ ਐਕਟਰੈਸ ਚਾਹੀਦੀ ਹੈ ਨੀਰੂ ਜੀ ਨਾਲ ਕੰਮ ਕਰਨ ਦਾ ਬਹੁਤ ਸੀ ਕਿ ਮੇਰੀ ਫਿਲਮ ਚ ਨੀਰੂ ਜੀ ਹੋਣ ਲੇਕਿਨ ਲੈਟਸ ਸੀ ਲੇਕਿਨ ਵਟ ਆਈ ਬਲੀਵ ਪਹਿਲਾਂ ਸਕ੍ਰਿਪਟ ਤੁਹਾਡੇ ਹੱਥ ਚ ਹੋਣੀ ਚਾਹੀਦੀ ਹੈ ਤੁਹਾਡੀ ਸਕ੍ਰਿਪਟ ਦੀ ਡਿਮਾਂਡ ਕੀ ਹੈ ਤੁਹਾਨੂੰ ਚਾਹੀਦੇ ਨੇ ਐਕਟਰਸ ਕਿੱਦਾਂ ਦੇ ਚਾਹੀਦੇ ਨੇ ਫਿਰ ਹੀ ਡਿਸਾਈਡ ਹੁੰਦਾ ਤੇ ਉਹ ਫਿਰ ਉਦੋਂ ਹੀ ਦੇਖਾਂਗੇ ਜਦੋਂ ਹੋਊਗਾ ਫਿਰ ਗੁੱਡ ਤੇ ਸਰ ਅਸਿਸਟੈਂਟ ਡਾਇਰੈਕਟਰ ਦੀ ਗੱਲ ਕਰੀਏ ਤੇ ਕਿਸੇ ਨੇ ਐਜ਼ ਅ ਡਾਇਰੈਕਸ਼ਨ ਫੀਲਡ ਚ ਆਣਾ ਤੁਸੀਂ ਉਹਨਾਂ ਦੀ ਕੀ ਸੁਜੈਸ਼ਨ ਦੇਣਾ ਚਾਹੋਗੇ ਕਿ ਕਿੱਦਾਂ ਸ਼ੁਰੂਆਤ ਕਰ ਸਕਦੇ ਆ ਜਾਂ ਆਪਣੇ ਆਪ ਨੂੰ ਕਿੱਦਾਂ ਨਿਹਾਰ ਸਕਦੇ ਆ ਡੂ ਦੇ ਨੀਡ ਟੂ ਜੁਆਇਨ ਸਮ ਕੋਰਸ ਫਾਰ ਦੈਟ ਔਰ ਐਕਸਪੀਰੀਅੰਸ ਮੈਟਰ ਕਰਦਾ ਜਾਂ ਤੁਹਾਨੂੰ ਅਗਰ ਚਾਂਸ ਵੀ ਮਿਲ ਰਿਹਾ ਤਾਂ ਕੰਮ ਕਰਨਾ ਚਾਹੀਦਾ ਜਾਂ ਫਿਰ ਤੁਹਾਨੂੰ ਪਹਿਲਾਂ ਪੜ੍ਹਾਈ ਕਰਕੇ ਫਿਰ ਐਂਟਰ ਕਰਨਾ ਚਾਹੀਦਾ ਦੇਖੋ ਮੈਂ ਸਹੀ ਤਰੀਕਾ ਤਾਂ ਵੈਸੇ ਇਹੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਕੁਛ ਸਟੱਡੀ ਕੀਤਾ ਜਾਵੇ ਕੁਛ ਸਿੱਖਿਆ ਜਾਵੇ ਆਨਲਾਈਨ ਚਾਹੇ ਤੁਸੀਂ ਕਿਤੇ ਜੁਆਇਨ ਕਰ ਲੇਕਿਨ ਉਹ ਚੀਜ਼ ਮੈਂ ਇਸ ਕਰਕੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਸ ਤਰੀਕੇ ਨਾਲ ਨਹੀਂ ਆਇਆ
जो मैं नहीं किया मैं दूजा तो फिर मैं प्रेशराइज नहीं कर सकता किसी ने तुसी कोर्स क्योंकि मैं कोई कोर्स नहीं किया मैं एबीसी भी नहीं आती थी इस लाइन में लेकिन मेरे से है कि मैं लाइक अपने मुंह कहना चंगा नहीं लगता मेरे से डेडिकेशन बहुत सी मैं मतलब इतना पैशनेट सी शुरू तो सीखने लिए मतलब मैं पता लगे मतलब पूरा ध्यान दिता मैं काम से ताही करके मतलब कल मैंने अच्छे अच्छे लोगों का काम करने का मौका मिला लेकिन हर बंदा इन्ना ब्लेस्ड नहीं है ना तो बहुत स्ट्रगल करना पैंता है लेकिन जो तुम सीख लो थोड़ा बहुत चाहे ऑनलाइन ही सीख लो ऑनलाइन अजकल हर सारे कोर्स होंगे ने तुम गूगल से जाके सर्च करके डायरेक्शन जो आना चाहते हो बारे पढ़ो एटलीस्ट तुम बेसिक्स पता हो आई गैस एक्टिंग ना इस पास आना थोड़ा जहा ज्यादा सौखा है क्योंकि तुम एक टीम चलो जो थोड़े किसी चलो थोड़े बहुत कॉन्टैक्ट है तो टीम च एंटर करके एज ए ट्रेनिंग सीख सकते हो मैं भी दो फिल्म ट्रेनिंग रहा मैं मैं कुछ सीख्या नहीं लेकिन मैं दो फिल्म ऐसे ट्रेनिंग रहा यहां बाहर मलेशिया सिर्फ सैट तक ना होकर मैं देख रहा हूं से पीपट सर ने भेजा सी मैंने भी तो उसे जाके देखा मैं सिर्फ साइड से जाके खड़ा हो जाता सी सिर्फ ऑब्जर्व करता सी भी कौन की कर रहा है किदा हो रहा है सिर्फ ऑब्जर्व कर रहा सी मतलब किसी को थोड़ा बहुत पूछ लिया चांस मिल रहा है छोटा मोटा भी चांस मिल रहा है तो उन्होंने डेफिनेटली जाना चाहिए और वो चीज लर्न करनी चाहिए टीम बॉस है काम कर रहे हो तो भी लगे भी सीखने की कोई मतलब लगन है नॉलेज है लगना चाहिए रिपीट करते हैं लोग अपनी टीम के अपने नाल रखते हैं नहीं फिर अगली फिल्म सारी टीम चेंज हो जाती है ना तो वो जरूरी है लेकिन साड़ी टीम च भी आते हैं लाइक डायरेक्शन करना चाहते हैं जो सू अप्रोच करते हैं तो अभी रखते हैं एक गल जी सू लगता है कि बाकी ये काम कर सकते हैं थोड़ा बहुत लाइक पूछते हैं उन्होंने पहला डायरेक्शन बारे भी थोड़ा सिर्फ हॉबी है या तुम कि है ना थोड़ा कि इंटरेस्ट है जी सू लगता है चलो ये लग रहा अभी रखते हैं अपने हर फिल्म करना एक दो जाने होंगे ने फिर अगे जाते हैं दूजी फिल्म में तुम्हें काम मिल जाता रेफरेंस बननी शुरू हो जाती कि जी मैं सुनीत जी की आह फिल्म की है डायरेक्टर की आह की है फिर थोड़ी गड्डी चल पाती है रेफरेंसिस बननी शुरू हो जाती एक्सपीरियंस होना शुरू हो जाती जी सर फर्स्ट पे तो सबनों याद होंगे फर्स्ट पे मैं मिली थी मैं ये फलानी चीज की थी फलानी चीज की थी तो उसी के फर्स्ट फिल्म की थी जिससे तो फर्स्ट पे मिली एंड यू आर वेरी हैप्पी ते उस पे तो की किता ये भी दसना पड़ेगा मेरी सो थोड़ी पहली पेमेंट थी मेरी पहली फिल्म थी उसी की कि आई एम सो ब्लेस्ड कि मतलब मैनू कदे इस तरह काम नहीं करना पड़ा कि हां जी चलो इस फिल्म की पेमेंट नहीं पीपर सर की फिल्म सी अपनी बोली अपना देश उस फिल्म च मैं 20,000 रुपीज मिले थे बाकी मैं याद नहीं मैं की किया लेकिन मैं एक वॉच ली थी अज भी लगता अज भी मेरे को वॉच है वो मैं वॉच ली थी पहली बार अपनी लाइफ थोड़ी जी महंगी घड़ी ली थी बाकी मैं याद नहीं है काफी टाइम 2008 की गल है 12 ईयर्स बैक ओके वाओ ते सर अपने अपकमिंग प्रोजेक्ट्स बारे थोड़ा दस दो कि प्रोजेक्ट्स आ रहे हैं ते की रिलीज डेट है या कि अपकमिंग गोलगप्पे फिल्म आ रही है जी 10th ऑफ अप्रैल सी वैसे रिलीज डेट लेकिन अपना कोरोना करके लेट हो गई जी ते हले भी कुछ नहीं पता कदों रिलीज होनी है लेकिन जिदा ही सब कुछ ठीक होंगे सब तो पहले फिल्म साड़ी वही रिलीज होनी है गोलगप्पे दैन फिर असी एक नवी फिल्म शुरू की सुनी पंग भाजी नाल ही वेलकम भूआ जी वो अद्धी फिल्म बन चुकी है अद्धी रहती है तो जिदा ही लॉकडाउन खुलता है सब कुछ ठीक होंगे तो सब तो पहला फिल्म पूरी करांगे सैकंड फिल्म वो होगी वेलकम भूआ जी उस तो बाद अगे एक दो फिल्म हो ब्रॉड साड़ियाँ यूके सोनिया वो भी देखो थिंग बनाओ तो सब कुछ बदल चुका है देखते हैं वो फिल्म इतने शूट होंगे या कोई नवे प्रोजेक्ट्स आते हैं दैन फिर कैरियर दिता थोड़ी भी सी अपना प्लैन के अक्टूबर शूट होनी सी दैन फिर लामा फिर टू शूट होनी है सब कुछ लाइक रीशेड्यूल हो गया भाजी होनी दस मुखी भाजी होनी कुछ टाइम बाद भी किदा किदा की होना है अच्छा मतलब कैरी ऑन जट्टा 3 दी भी मैं गल करनी सी हजे मतलब शूट उदा स्टार्ट होना है बिकॉज़ ओदी रिलीज ऑलरेडी एक पोस्टर मेंशन हो गई सी कि 25 जून पता नहीं 25 अप्रैल समथिंग 2021 च आ रही है ता मतलब हजे हां जी नहीं होया कुछ ओ नहीं है जस्ट एक रिलीज नहीं अजकल रिवाज है जी शूट डेट्स थानू पता अजकल शूट डेट्स पहले अनाउंस कर देते हैं क्योंकि फिल्म इन आ रही है लेकिन अगले फिल्म शूट होनी है पक्की गल हां जी हाँ जी भाई गुड ते जान तो पहला ऑडियंस ले कोई मैसेज देना चाहोगे या कुछ सजेशन देना चाहोगे या कुछ कहना चाहोगे
ਨਹੀਂ ਸੁਜੈਸ਼ਨ ਤਾਂ ਦੇਖੋ ਜਿੰਨਾ ਕਿ ਮੈਨੂੰ ਪਤਾ ਸੀਗਾ ਮੈਂ ਦੇ ਚੁੱਕਿਆ ਤੇ ਬਾਕੀ ਜਿਹੜੇ ਐਜ਼ ਐਨ ਐਕਟਰ ਜਾਂ ਐਜ਼ ਐਨ ਅਸਿਸਟੈਂਟ ਡਾਇਰੈਕਟਰ ਜੁਆਇਨ ਕਰਨਾ ਚਾਹੁੰਦੇ ਮੈਂ ਤਾਂ ਸਭ ਨੂੰ ਇਹੀ ਕਹਿੰਦਾ ਜੀ ਕੋਸ਼ਿਸ਼ ਕਰੋ ਕਿ ਕੁਛ ਨਾ ਕੁਛ ਸਿੱਖ ਕੇ ਆਓ ਤੁਸੀਂ ਆਨਲਾਈਨ ਸਿੱਖੋ ਜਾਂ ਜਿਸ ਤਰ੍ਹਾਂ ਕੋਈ ਥੀਏਟਰ ਜੁਆਇਨ ਕਰੋ ਲੇਕਿਨ ਜਿਹੜੇ ਕੰਮ ਚ ਤੁਸੀਂ ਆਉਣਾ ਚਾਹੁੰਦੇ ਹੋ ਉਹਦੇ ਬਾਰੇ ਸਿੱਖ ਕੇ ਜ਼ਰੂਰ ਤੇ ਸਾਡੀ ਟੀਮ ਚ ਵੀ ਆਲਵੇਜ਼ ਵੈਲਕਮ ਹੈ ਜੀ ਚਾਹੇ ਉਹ ਐਕਟਰਸ ਨੇ ਚਾਹੇ ਉਹ ਅਸਿਸਟੈਂਟ ਡਾਇਰੈਕਟਰਸ ਨੇ ਕਰਨਾ ਚਾਹੁੰਦੇ ਨੇ ਕੋਈ ਵੀ ਕਿਸੇ ਵੀ ਫੀਲਡ ਚ ਤਾਂ ਆਲਵੇਜ਼ ਵੈਲਕਮ ਜੀ ਤੁਸੀਂ ਸਾਨੂੰ ਅਪਰੋਚ ਕਰੋ ਜੇ ਸਾਨੂੰ ਲੱਗਦਾ ਕਿ ਵਾਕਈ ਤੁਸੀਂ ਹੋਨੈਸਟਲੀ ਕੰਮ ਕਰ ਸਕਦੇ ਹੋ ਵਧੀਆ ਅਸੀਂ ਜ਼ਰੂਰ ਰੱਖਦੇ ਹਾਂ ਆਪਣੇ ਨਾਲ ਤੇ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਸਾਡੀ ਟੀਮ ਚ ਅੱਛੇ ਲੋਕ ਆਉਣ ਸਜਾਂਦ ਵੇਲੇ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਓਟੀਟੀ ਪਲੇਟਫਾਰਮ ਨੇ ਨੈਟਫਲਿਕਸ ਹੋ ਗਿਆ ਪ੍ਰਾਈਮ ਹੌਟਸਟਾਰ ਜੋ ਵੀ ਹੈ ਸਰ ਇਹਨਾਂ ਤੇ ਬਾਲੀਵੁੱਡ ਫਿਲਮਸ ਤਾਂ ਰਿਲੀਜ਼ ਹੋ ਹੀ ਰਹੀਆਂ ਡੈਫੀਨੇਟ ਕੋਈ ਨਾ ਕੋਈ ਨਵੀਂ ਫਿਲਮ ਆ ਜਾਂਦੀ ਹੈ ਹੁਣ ਵੀ ਉਹਨਾਂ ਨੇ ਚੂਜ਼ ਕਰ ਲਿਆ ਕਿ ਅਸੀਂ ਓਟੀਟੀ ਪਲੇਟਫਾਰਮ ਨੂੰ ਵੀ ਅਸੀਂ ਫਿਲਮ ਰਿਲੀਜ਼ ਕਰਾਂਗੇ ਪੰਜਾਬੀ ਇੰਡਸਟਰੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਵਾਈ ਦੇ ਆਰ ਨਾਟ ਇਨਵੋਲਵਿੰਗ ਇਨ ਦਿਸ ਇਹ ਓਟੀਟੀ ਪਲੇਟਫਾਰਮ ਤੇ ਕਿਉਂ ਨਹੀਂ ਰਿਲੀਜ਼ ਕਰ ਰਹੇ ਦੇਖੋ ਥੋੜਾ ਜਿਹਾ ਟਾਈਮ ਲੱਗਦਾ ਜੀ ਹੁਣ ਚੀਜ਼ਾਂ ਚੇਂਜ ਹੋ ਗਈਆਂ ਨੇ ਹਨਾ ਤੇ ਲੇਕਿਨ ਮੈਨੂੰ ਲੱਗਦਾ ਜੇ ਉਧਰ ਜੋ ਬਾਲੀਵੁੱਡ ਹੋ ਰਿਹਾ ਉਹ ਆਨ ਆਲ ਟਾਈਮ ਚ ਬਾਲੀਵੁੱਡ ਚ ਵੀ ਹੋਊਗਾ ਜੇ ਸਭ ਕੁਝ ਹੁਣ ਬਦਲ ਹੀ ਗਿਆ ਹੈ ਆਪ ਨੇ ਕਿਸੇ ਨੇ ਸੋਚਿਆ ਸੀ ਕਿ ਕਰੋਨਾ ਆ ਜਾਊਗਾ ਹਰ ਬੰਦਾ ਮਾਸਕ ਲੈ ਕੇ ਘੁੰਮੂਗਾ ਸੋਸ਼ਲ ਡਿਸਟੈਂਸਿੰਗ ਹੋਊਗੀ ਲੋਕਡਾਊਨ ਹੋਊਗਾ ਟਾਈਮਿੰਗ ਸੈੱਟ ਹੋ ਜਾਊਗੀ ਇਹ ਵੀ ਨਹੀਂ ਸੋਚਿਆ ਸੀਗਾ ਤੇ ਟਾਈਮ ਦੇ ਹਿਸਾਬ ਨਾਲ ਚੇਂਜ ਹੋਣਾ ਵੀ ਚਾਹੀਦਾ ਜੀ ਸਭ ਨੂੰ ਤੇ ਹੁੰਦੇ ਵੀ ਨੇ ਸਾਰੇ ਚੀਜ਼ਾਂ ਬਦਲਦੀਆਂ ਮੈਨੂੰ ਲੱਗਦਾ ਕਿ ਆਨ ਆਲ ਟਾਈਮ ਚ ਇਹ ਵਾਲਾ ਪਲੇਟਫਾਰਮ ਫਿਰ ਬਾਲੀਵੁੱਡ ਵੀ ਆਪਣਾ ਅਡਾਪਟ ਕਰੂਗਾ ਹੋਰ ਕੋਈ ਆਪਸ਼ਨ ਨਹੀਂ ਹੋਊਗੀ ਹਾਲੇ ਤਾਂ ਲਾਈਕ ਵੇਟ ਐਂਡ ਵਾਚ ਵਾਲੀ ਗੱਲ ਵੀ ਰੱਬ ਕਰੇ ਸਭ ਕੁਝ ਠੀਕ ਹੋ ਜਾਏ ਸਭ ਪਹਿਲਾਂ ਕੁਛ ਜੋ ਪਹਿਲਾਂ ਚੱਲ ਰਿਹਾ ਸੀ ਸੇਮ ਟਰੈਕ ਤੇ ਆਪਾਂ ਜੀ ਲੇਕਿਨ ਜੇ ਟਰੈਕ ਚੇਂਜ ਕਰਨਾ ਪਿਆ ਤਾਂ ਆਬਵੀਅਸਲੀ ਸਾਰੇ ਹੀ ਕਰਨਗੇ ਜੀ ਸਭ ਕੁਝ ਚੇਂਜ ਹੋਊਗਾ ਤੇ ਤੁਹਾਨੂੰ ਲੱਗਦਾ ਹੈ ਕਿ ਓਟੀਟੀ ਪਲੇਟਫਾਰਮ ਜ਼ਿਆਦਾ ਅੱਛਾ ਥੀਏਟਰਸ ਨਾਲੋਂ ਕਿ ਥੀਏਟਰਸ ਆਪਣਾ ਮਜ਼ਾ ਸੀ ਨਹੀਂ ਦੇਖੋ ਥੀਏਟਰ ਸਮਝਦਾ ਤਾਂ ਥੀਏਟਰ ਸਹੀ ਹੈ ਹੈਨਾ ਵੱਡੀ ਸਕਰੀਨ ਤੇ ਦੇਖਣਾ 70 mm ਜਿਹੜੀ ਸਿਨੇਮਾ ਤਾਂ ਉਹਨੂੰ ਹੀ ਕਹਿੰਦੇ ਨੇ ਨਾ ਜੀ ਇਹ ਤਾਂ ਫਿਰ ਟੀਵੀ ਹੋ ਗਿਆ ਨਾ ਇਹ ਤਾਂ ਇਹ ਤਾਂ ਪਹਿਲਾਂ ਹੀ ਚੱਲ ਰਿਹਾ ਸੀਗਾ ਸਭ ਕੁਝ ਇਹ ਤਾਂ ਫਿਰ ਛੋਟੀ ਸਕਰੀਨ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਛੋਟੀ ਇਨ ਦਾ ਸੈਂਸ ਕਿ ਮਤਲਬ ਉਹਨੂੰ ਅੰਡਰਐਸਟੀਮੇਟ ਨਾ ਕਰੀਏ ਬਹੁਤ ਪਾਵਰ ਅੱਜ ਕੱਲ੍ਹ ਲਾਈਕ ਵੈਬ ਸੀਰੀਜ਼ ਚੱਲ ਰਹੀਆਂ ਨੇ ਸਭ ਕੁਝ ਚੱਲ ਰਿਹਾ ਹੈ ਤੇ ਲੇਕਿਨ ਟਾਈਮ ਦੇ ਹਿਸਾਬ ਨਾਲ ਜੀ ਟਾਈਮ ਜਿੱਦਾਂ ਕਹੂਗਾ ਉਦਾਂ ਹੀ ਚੇਂਜ ਤਾਂ ਹੋਣਾ ਪੈਣਾ ਜੀ ਲੇਕਿਨ ਫਿਲਮ ਦੇਖਣ ਦਾ ਮਜ਼ਾ ਤਾਂ ਥੀਏਟਰ ਦੇ ਵਿੱਚ ਹੈ ਠੀਕ ਹੈ ਸਰ ਸਰ ਸੋ ਮਚ ਸਤਿਕਾਰ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਥੈਂਕਸ ਫੋਰ ਹੈਵਿੰਗ ਮੀ ਹੇਅਰ ਤੇ ਤੁਹਾਨੂੰ ਵੀ ਰੱਬ ਕਰੇ ਤੁਸੀਂ ਜ਼ਿੰਦਗੀ ਚ ਬਹੁਤ ਤਰੱਕੀ ਕਰੋ ਹਨਾ ਗੋਡ ਬਲੈਸ ਯੂ ਤੁਹਾਡਾ ਜਿਹੜਾ ਤੁਸੀਂ ਨਵਾਂ ਸ਼ੁਰੂ ਕੀਤਾ ਰੁਤਬਾ ਪੰਜਾਬ ਤੋਂ ਮੈਨੂੰ ਇਹਦਾ ਨਾਮ ਬਹੁਤ ਸੋਹਣਾ ਲੱਗਿਆ ਹੈ ਤੇ ਤੁਹਾਡਾ ਰੁਤਬਾ ਉੱਚਾ ਰੱਖੇ ਪ੍ਰਮਾਤਮਾ ਹਮੇਸ਼ਾ ਤੁਹਾਡਾ ਰੁਤਬਾ ਬਣਿਆ ਰਹੇ ਤੇ ਤੁਸੀਂ ਏਦਾਂ ਹੀ ਨਵੇਂ ਨਵੇਂ ਪ੍ਰੋਜੈਕਟਸ ਕਰੋ ਲੋਕਾਂ ਨੂੰ ਆਡੀਅੰਸ ਦੇ ਨਾਲ ਜੋੜੋ ਤੇ ਥੈਂਕ ਯੂ ਸੋ ਵੈਰੀ ਮਚ ਵਾਂਸ ਅਗੇਨ ਤੇ ਸਭ ਦਾ ਜਿਹੜੇ ਦੇਖ ਰਹੇ ਸੀ ਉਹਨਾਂ ਨੂੰ ਜਲਦੀ ਮਿਲਾਂਗੇ ਸਰ ਦੇ ਨਾਲ ਜਦੋਂ ਸਰ ਆਪਣੀ ਡਾਇਰੈਕਸ਼ਨਲ ਮੂਵੀ ਬਿਲਕੁਲ ਹੀ ਇਜ਼ ਰੈਡੀ ਫੋਰ ਬੀਇੰਗ ਅ ਡਾਇਰੈਕਟਰ ਤੇ ਹੁਣ ਉਹਨਾਂ ਦੀ ਸ਼ੂਟ ਹੋਣ ਲੱਗੀ ਅਸੀਂ ਉਹਨਾਂ ਨਾਲ ਲਾਈਵ ਦੁਬਾਰਾ ਹੋਵਾਂਗੇ ਤੇ ਸਰ ਨਾਲ ਬਹੁਤ ਸਾਰੇ ਠੀਕ ਹੈ ਸਰ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਹਾਂਜੀ ਕੱਲ ਫਿਰ ਤੋਂ ਲਾਈਵ ਹੋਵਾਂਗੇ ਬਟ ਕੌਣ ਹੈ ਇਹ ਅਸੀਂ ਹੁਣੇ ਥੋੜੀ ਦੇਰ ਚ ਪੋਸਟ ਪਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹਿਣਾ ਪੰਜ ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।